ਹੁਣ ਅਸੀਂ ਕਿੜੀ ਸੰਗਤ ਦਾ ਲਾਸਟ ਸੈਗਮੈਂਟ ਜਿਹੜਾ ਹੈ ਕ੍ਰਾਫਟ ਟਾਈਮ, ਉਹਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਕ੍ਰਾਫਟ ਬਣਾਵਾਂਗੇ ਵਿੱਚ ਇਜ਼ ਰਿਲੇਟਡ ਟੂ ਦ ਥੀਮ ਵਾਟ ਵੀ ਹੈਵ ਡਨ ਟੂਡੇ. ਜੋ ਵੀ ਅਸੀਂ ਥੀਮ ਅੱਜ ਕੀਤਾ ਉਹਦੇ ਨਾਲ ਉਹਦਾ ਰਿਲੇਸ਼ਨ ਹੈ. ਯੂ ਹੈਵ ਟੂ ਟੇਕ ਇਟ ਹੋਮ, ਸਭ ਨਾਲ ਗੱਲ ਕਰਨੀ ਹੈ ਜਿੰਨੇ ਮੈਂਬਰਸ ਨੇ, ਔਰ ਉਹਨੂੰ ਐਸੀ ਜਗ੍ਹਾ 'ਤੇ ਰੱਖਣਾ ਹੈ ਕਿ ਸਾਰੇ ਤੁਹਾਨੂੰ ਪੁੱਛਣ ਤੁਸੀਂ ਕੀ ਕਿਹੜੀ ਸੰਗਤ 'ਚ ਬਣਾਇਆ ਹੈ. ਐਂਡ ਯੂ ਕੈਨ ਸੀ ਹੇਅਰ ਇਨ ਦ ਸਕਰੀਨ, ਲੁੱਕ ਇਨ ਦ ਸਕਰੀਨ ਚਿਲਡਰਨ, ਵੀ ਹੈਵ ਗਿਵਨ ਯੂ, ਵੀ ਹੈਵ ਆਲ ਡਿਵਾਈਡਿਡ ਯੂ ਇਨ ਦ ਗਰੁੱਪਸ. ਜੋ ਅਸੀਂ ਪਹਿਲਾਂ ਡਿਵਾਈਡ ਕੀਤੇ ਸੀ ਨਾ 1, 2, 3, 4 ਕਰਕੇ, ਉਹੀ ਗਰੁੱਪਸ ਤੁਸੀਂ ਵਾਪਸ ਉਹਨਾਂ ਗਰੁੱਪਸ 'ਚ ਆ ਗਏ ਹੋ. ਤੁਹਾਨੂੰ ਸਭ ਨੂੰ ਅਸੀਂ ਬਾਸਕਿਟ ਦਿੱਤੀ ਹੈ ਜਿਹਦੇ ਵਿੱਚ ਇਹ ਸਾਰਾ ਮਟੀਰੀਅਲ ਹੈਗਾ. ਤੁਸੀਂ ਦੇਖਿਆ ਹੈ, we are using paper plates. This will be the center. We are also giving you these cutouts. Jive ethe ek omkar hai te eh kithe lagega? Center of the plate. Okay, and all the other things are also there. Oh, sare sides se lagange. Is it right? Sabnu samajh aa gaya? Zor di bolo. Okay, now you can start your ਕ੍ਰਾਫਟ ਵਰਕ. ਤੁਹਾਡੇ ਕੋਲ 10 ਮਿੰਟ ਦਾ ਟਾਈਮ ਹੈ, ਫਟਾਫਟ ਕਰਨਾ ਹੈ, ਫਿਰ ਉਸ ਤੋਂ ਬਾਅਦ ਅਸੀਂ ਲਾਈਨ ਬਣਾ ਕੇ ਲੰਗਰ ਦੇ ਵਿੱਚ ਲੰਗਰ ਹਾਲ ਵਿੱਚ ਜਾਵਾਂਗੇ. ਐਂਡ ਆਫਟਰ ਦਿਸ ਵੀ ਹੈਵ ਗਿਵਨ ਯੂ 1 ਸ਼ੀਟ, ਉਹਦੇ 'ਤੇ ਅਸੀਂ ਤੁਹਾਨੂੰ ਇੱਕ ਸ਼ੀਟ ਦਿੱਤੀ ਹੈ ਇਸ ਤਰ੍ਹਾਂ ਦਾ, ਇਹ ਵਾਲ ਹੈਂਗਿੰਗ ਬਣ ਜਾਏਗੀ. ਵੰਸ ਯੂ ਹੈਵ ਡਨ ਦਿਸ, ਦੈਨ ਯੂ ਹੈਵ ਟੂ ਸਟਿੱਕ ਵਿਦ ਡਬਲ ਸਾਈਡ ਟੇਪ ਔਨ ਦਿਸ, ਐਂਡ ਯੂ ਕੈਨ ਪੁੱਟ ਇਟ ਇਨ ਯੋਰ ਬੈਡਰੂਮ, ਡਰਾਇੰਗ ਰੂਮ, ਕਿਤੇ ਵੀ ਰੱਖ ਲਗਾ ਸਕਦੇ ਹੋ ਜਿੱਥੇ ਤੁਸੀਂ ਦੇਖ ਸਕਦੇ ਹੋ. ਔਰ ਤੁਹਾਨੂੰ ਇਹ ਸਾਰੀਆਂ ਕੁਆਲਿਟੀਜ਼ ਜਿਹੜੀਆਂ ਨੇ ਵਾਹਿਗੁਰੂ ਜੀ ਦੀਆਂ ਬਾਰ ਬਾਰ ਤੁਹਾਨੂੰ ਯਾਦ ਆਉਂਦੀਆਂ ਰਹਿਣ. ਠੀਕ ਹੈ ਬੇਟੇ, ਫਟਾਫਟ ਹੁਣ ਆਪਣਾ ਕੰਮ ਸ਼ੁਰੂ ਕਰੋ. ਪੈਨਜੀਜ਼ ਆ ਦੇਰ, ਵਾਲੰਟੀਅਰਸ ਆ ਦੇਰ ਵਿਦ ਯੂ, ਵਿਦ ਈਚ ਗਰੁੱਪ ਟੂ ਹੈਲਪ ਯੂ ਆਊਟ.